ਇਹ ਜੋ ਤੁਸੀਂ ਤਸਵੀਰਾਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਦਰਸਲ ਇਹ ਤਸਵੀਰਾਂ ਫਰੀਦਕੋਟ ਇਲਾਕੇ ਦੀਆਂ ਨੇ ਜਿਸ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੁਟੇਰੇ ਲੁੱਟ ਨੂੰ ਅੰਜਾਮ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਤੇ ਇਹ ਸਾਰੀ ਵਾਰਦਾਤ ਸੀਸੀਟੀਵੀ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਦੱਸ ਦੇ ਕਿ ਬੀਤੀ ਰਾਤ ਚਾਰ ਲੁਟੇਰਿਆਂ ਨੇ ਇੱਕ ਪੰਪ ਨੂੰ ਨਿਸ਼ਾਨਾ ਬਣਾਇਆ ਅਤੇ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਪੰਪ ਦੇ ਮੁਲਾਜ਼ਮਾਂ ਤੋਂ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਨੇ ਦੱਸ ਦੇ ਕਿ ਮੁਲਾਜ਼ਮਾਂ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਬਹਾਵਲਵਾਲਾ ਦੀ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਦੇ ਖਿਲਾਫ ਕੇਸ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਪੰਪ ਦੇ ਮੁਲਾਜ਼ਮ ਦੇ ਅਨੁਸਾਰ ਉਕਤ ਲੁਟੇਰਿਆਂ ਨੇ ਉਸ ਵੱਲ ਪਿਸਤੌਲ ਤਾਣ ਕੇ ਨਕਦੀ ਮੰਗੀ ਜਦ ਕਿ ਇੱਕ ਹੋਰ ਨੌਜਵਾਨ ਲੁਟੇਰਾ ਦਫ਼ਤਰ ਦੇ ਅੰਦਰ ਦਾਖਲ ਹੋ ਗਿਆ ਅਤੇ ਉੱਥੇ ਮੇਜ਼ ਤੇ ਪਏ 27,690 ਰੁਪਏ ਕੱਟ ਕੇ ਲੈ ਗਿਆ ਇਸ ਤੋਂ ਬਾਅਦ ਉਕਤ ਸਾਰੇ ਨੌਜਵਾਨ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉੱਥੋਂ ਫਰਾਰ ਹੋ ਗਏ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਗੱਡੀ ਲਗਭਗ 1:37 ਮਿੰਟਾਂ ਦੇ ਜੀ ਤੇ ਮੁੰਡਾ ਤੇਲ ਪਾਣ ਗਿਆ ਜੀ ਉਹਨਾਂ ਨੇ ਪਿਸਟਲ ਵਿਖਾਈ ਹੈ ਜੀ ਮੁੰਡਿਆਂ ਨੂੰ ਪਿਸਟਲ ਵਿਖਾ ਕੇ ਤੇ ਕਹਿੰਦੇ ਵੀ ਕਹਿ ਦਿਓ ਤੁਹਾਡਾ ਤੇ ਉਹ ਮੁੰਡਾ ਕਹਿੰਦਾ ਵੀ ਮੈਨੂੰ ਤਾਂ ਪਤਾ ਨਹੀਂ ਵੀ ਦੂਜਾ ਮੁੰਡਾ ਹੈਗਾ ਉਹ ਦੂਜੇ ਮੁੰਡੇ ਕੋਲ ਲਿਆ ਆ ਤੇ ਉਹਨਾਂ ਨੇ ਫਿਰ ਪਿਸਟਲ ਦੀ ਨੋਕ ਤੇ ਦੋਨਾਂ ਮੁੰਡਿਆਂ ਨੂੰ ਧਮਕਾਇਆ ਤਾਂ ਪਕਾਇਆ ਜੀ ਤੇ ਉਸ ਤੋਂ ਬਾਅਦ ਕੈਸ਼ ਕਿੱਲੇ ਜੋ ਕੱਢ ਕੇ ਤੇ ਫਰਾਰ ਹੋ ਗਏ ਜੀ ਕਿੰਨੀ ਕੈਸ਼ ਕੈਸ਼ ਲਗਭਗ ਜੀ 27-30,000 ਸੀਗੀ ਕਿੰਨੇ ਜਣੇ ਸੀਗੇ ਜੀ ਗੱਡੀ ਤੋਂ ਦੋ ਜਣੇ ਉਤਰੇ ਜੀ ਟੋਟਲ ਚਾਰ ਜਣੇ ਸੀਗੇ ਪਹਿਲਾਂ ਵੀ ਕੋਈ ਲੱਗਦਾ ਕੋਈ ਪੰਪ ਪੁੰਪ ਲੁੱਟ ਕੇ ਆਏ ਨੇ ਜੀ ਹਾਂਜੀ ਹਾਂਜੀ ਪਹਿਲਾਂ ਵੀ ਉਹ ਪਿੱਛੇ ਵੀ ਇੱਕ ਪੰਪ ਲੁੱਟ ਕੇ ਆਏ ਜੀ ਪੁਲਿਸ ਨੂੰ ਇਸ ਕੋਈ ਜਾਣਕਾਰੀ ਇਹਦੇ ਵਿੱਚ ਕੋਈ ਦੇ ਰਹੀ ਹੈ ਕੋਈ ਪਤਾ ਲੱਗਿਆ ਕਰ ਰਹੇ ਇਨਕੁਆਇਰੀ ਸਰ ਆਈ ਥਿੰਕ ਕੋਈ ਕੁੱਤਾ ਸੁਗੂਰ ਹਾਂ ਸੀਸੀ ਕੈਮਰਿਆਂ ਦੇ ਵਿੱਚ ਕੁਝ ਆਇਆ ਹੋਵੇ ਸੀਸੀ ਕੈਮਰਿਆਂ ਦੇ ਵਿੱਚੋਂ ਨੰਬਰ ਵਗੈਰਾ ਆ ਰਿਹਾ ਗੱਡੀ ਦਾ ਜੀ ਬਾਕੀ ਛਾਣਬੀਨ ਕਰ ਰਹੇ ਮੈਂ ਸੁੱਤਾ ਪਿਆ ਸੀ ਜੀ ਬੰਦੇ ਆਏ ਤੇ ਉਹ ਦੂਜਾ ਬੰਦਾ ਬੈਠਾ ਸੀ ਇੱਥੇ ਡਿਊਟੀ ਉਹ ਤੇਲ ਪਾਣ ਗਿਆ ਬਾਹਰ ਉਹਨਾਂ ਨੇ ਪਿਸਤੌਲ ਕੱਢ ਲਿਆ ਤੇ ਉਹਨੂੰ ਕਹਿੰਦੇ ਕੇਸ ਦੇ ਸਾਰਾ ਉਹ ਭੱਜ ਕੇ ਮੇਰੇ ਕੋਲ ਗਿਆ ਕਹਿੰਦਾ ਉਹ ਬਾਈ ਨੂੰ ਪਤਾ ਹੈ ਕੇਸ ਦਾ ਮੈਨੂੰ ਉਠਾਇਆ ਤੇ ਉਹਨੇ ਪਿਸਤੌਲ ਲਾ ਕੇ ਸਾਨੂੰ ਦੋਨਾਂ ਨੂੰ ਘੇਰ ਲਿਆ ਦੂਜਾ ਬੰਦਾ ਆਇਆ ਇੱਧਰ ਗੱਲੇ 'ਚ ਪੈਸੇ ਕੱਢ ਕੇ ਭੱਜ ਗਿਆ ਕਿੰਨੇ ਜਣੇ ਸੀ ਉਹ ਬਾਹਰ ਦੋ ਜਣੇ ਉਤਰੇ ਗੱਡੀ 'ਚ ਚਾਰ ਜਣੇ ਸੀ ਕੈਸ਼ ਕਿੰਨਾ ਕੁ ਸੀਗਾ ਦਰਜ ਕਰਕੇ ਮਾਨਯੋਗ ਐਸ ਐਸ ਪੀ ਸਾਹਿਬ ਵੱਲੋਂ ਜਿਹੜੀਆਂ ਤਿੰਨ ਟੀਮਾਂ ਸਾਡੀਆਂ ਮੇਰੀ ਸੁਪਰਵਿਜ਼ਨ 'ਚ ਬਣਾਈਆਂ ਜੀ ਅਤੇ ਜੋ ਅਸੀਂ ਇਸ ਨੂੰ ਟਰੇਸ ਕਰਨ ਦੇ ਕਾਫੀ ਨਜ਼ਦੀਕ ਪਹੁੰਚ ਚੁੱਕੇ ਹਾਂ ਜੀ ਤੁਹਾਨੂੰ ਇਹਦੇ ਬਾਰੇ ਜਲਦੀ ਹੀ ਪੋਜ਼ਿਟਿਵ ਰਿਜ਼ਲਟ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਵੀ ਕੋਈ ਹੋਰ ਲੁੱਟ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਉਸ ਤੋਂ ਅੱਧਾ ਘੰਟਾ ਪਹਿਲਾਂ ਜੀ ਇੱਕ ਪੰਪ 'ਤੇ ਦੋ ਦੇ ਪੰਪ ਸੀ ਉੱਥੋਂ ਤੇਲ ਪਵਾਇਆ ਇਹਨਾਂ ਨੇ ਤੇਲ ਪਵਾ ਕੇ ਭੱਜੇ ਉੱਥੇ ਕੋਈ ਪੈਸੇ ਦੀ ਲੁੱਟ ਖੋ ਤਾਂ ਨਹੀਂ ਹੋਈ ਰਿਲਾਇੰਸ ਪੰਪ ਸੀਗਾ ਜੀ ਗਲੋਬਲ ਪੰਜਾਬ ਦੇ ਲਈ ਫਰੀਦਕੋਟ ਤੋਂ ਗੁਰਜੀਤ ਰੁਮਾਨਾ ਦੀ ਰਿਪੋਰਟ